ਜੀ ਆਇਆਂ ਨੂੰ ਕਹਦੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 6ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਉਸ ਦਾ ਲੈਸਨ ਨੰਬਰ 9 ਦੀ ਕਾਬੁਲੀ ਵਾਲਾ ਉਸ ਦੀ ਐਕਟੀਵਿਟੀ ਨੰਬਰ 12 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਛੋਟੀ ਜੀ ਵੀਡੀਓ ਹੈ ਜਿਹਦੇ ਵਿੱਚ ਸ਼ਬਦਾਂ ਦੇ ਉਚਾਰਨ ਦਾ ਅਭਿਆਸ ਕਰਨਾ ਹੈ ਸੋ ਇਸ ਐਕਟੀਵਿਟੀ ਦਾ ਸਿਰਲੇਖ ਹੈ ਲਰਨਿੰਗ ਟੂ ਸਪੀਕ ਉਹ ਸ਼ਬਦਾਂ ਦੇ ਉਚਾਰਨ ਦੇ ਨਾਲ ਮੈਂ ਸ਼ਬਦਾਂ ਦੇ ਅਰਥ ਵੀ ਲਿਖ ਦਿੱਤੇ ਹਨ ਤਾਂ ਕਿ ਤੁਹਾਨੂੰ ਸ਼ਬਦਾਂ ਦੀ ਜਿਹੜੀ ਉਹ ਅਰਥ ਹੈ ਉਹ ਵੀ ਪਤਾ ਲੱਗ ਜਾਏ ਸੋ ਮੈਂ ਦੋ ਦੋ ਤਿੰਨ ਤਿੰਨ ਵਾਰ ਸ਼ਬਦਾਂ ਨੂੰ ਬੋਲਾਂਗਾ ਤੁਸੀਂ ਧਿਆਨ ਨਾਲ ਸੁਣਨਾ ਤੇ ਉਸ ਤਰ੍ਹਾਂ ਬੋਲਣ ਦਾ ਤੁਸੀਂ ਅਭਿਆਸ ਕਰਨਾ ਹੈ ਠੀਕ ਹੈ ਸੋ ਆਓ ਸ਼ੁਰੂ ਕਰੀਏ ਸਰਟਿਟੀ 12 ਗਿੰਦੀਏ ਲੁੱਕ ਐਟ ਦੀ ਫਾਲੋਇੰਗ ਵਰਡਸ ਹੇਠ ਲਿਖੇ ਸ਼ਬਦਾਂ ਵੱਲ ਦੇਖੋ ਲਰਨ ਟੂ ਪ੍ਰੋਨਾਂਊਂਸ ਥੈਮ ਇਹਨਾਂ ਦਾ ਉਚਾਰਨ ਕਰਨਾ ਸਿੱਖੋ pronounce ਦਾ ਮਤਲਬ ਹੁੰਦਾ ਹੈ ਉਚਾਰਨ ਕਰਨਾ バイ ریپیٹنگ আফটার द टीचर टीचर ਤੇ ਜਿੱਦਾਂ ਬੋਲਦਾ ਹੈ ਉਹਦੇ ਬਾਅਦ ਉਹਨੂੰ ਦੁਹਰਾਓ ਸੋ ਇੱਥੇ ਹੁਣ ਟੀਚਰ ਤੇ ਹੈ ਨਹੀਂ ਮੈਂ ਤੁਹਾਨੂੰ ਬੋਲਾਂਗਾ ਸੋ ਜਿਵੇਂ ਜਿਵੇਂ ਬੋਲਾਂਗਾ ਤੁਸੀਂ ਵੀ ਪਿਆਰੇ ਵਿਦਿਆਰਥੀਓ ਪਿੱਛੇ ਪਿੱਛੇ ਬੋਲ ਕੇ ਇਹਦਾ ਅਭਿਆਸ ਕਰਨਾ ਹੈ ਸੋ ਦੇਖੋ ਪਹਿਲਾ ਸ਼ਬਦ ਹੈ ਇਹਨੂੰ ਬੋਲਾਂਗੇ क्विटਨ क्विटਨ ਆਮ ਤੌਰ ਤੇ ਜਿਹੜੇ ਇਹ ਸ਼ਬਦ ਹੁੰਦਾ ਕੱਲਾ ਤਾਂ ਅਸੀਂ ਬੋਲਦੇ ਕਵਾਈਟ ਤੇ ਕਈ ਲੋਕ ਫਿਰ ਗਲਤੀ ਨਾ ਕੀ ਕਰਦੇ ਨੇ ਕਵਾਈਟਨ ਬੋਲ ਦਿੰਦੇ ਨੇ ਕਵਾਈਟਨ ਨਹੀਂ ਬੋਲਣਾ ਇਹਨੂੰ ਨਾ ਕੁਇਟਨ 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 ਇਹਦਾ ਮੰਨਣਾ ਇੱਥੇ ਚੁੱਪ ਹੋਣਾ ਤੇ ਇੱਥੇ ਚੁੱਪ ਕਰਾਉਣਾ ਇਹਦਾ ਮਤਲਬ ਹੁੰਦਾ ਫਿਰ ਆ ਗਿਆ ਕਨਵਰਸੇਸ਼ਨ ਇਹਨੂੰ ਕਨਵਰਸੇਸ਼ਨ ਨਹੀਂ ਬੋਲਣਾ ਕਨਵਰਸੇਸ਼ਨ ਹੀ ਬੋਲਣਾ ਕਨਵਰਸੇਸ਼ਨ ਹੈ ਜਿਹੜਾ ਆਰ ਹੈਗਾ ਇਹ ਸਾਇਲੈਂਟ ਹੋਏਗਾ कन्वरसे मतलब संवाद गल या या Lively, लाइवली 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 फुल ऑफ लाइफ सजीव जोशीला, चंचल जिंदा दिल कह सकते हैं क्लाउड्स 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 अर्थात बदल क्राइम ਕ੍ਰਾਈਮ ਕ੍ਰਾਈਮ ਇਹਨੂੰ ਕਹਿੰਦੇ ਆ ਅਪਰਾਧ ਜਾਂ ਗੁਨਾਹ ਰੈਕੋਗਨਾਈਜ਼ 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 ਅਰਥਾਤ ਪਛਾਣਨਾ ਦਾ ਜਾਂ ਸਿਨ੍ਯਾਨਣਾ ਠੀਕ ਹੈ ਸੈਰਮੋਨੀਜ਼ 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 ਰਸਮਾਂ ਜਾਂ ਸਮਾਗਮ ਜਿਹੜੇ ਹੁੰਦੇ ਨੇ ਘਰਾਂ 'ਚ ਟੈਰਰ ਟੈਰਰ ਇਹਨੂੰ ਟੈਰਰ ਨਹੀਂ ਬੋਲਣਾ ਟੈਰ ਰ ਆ ਐ ਸਾਇਲੈਂਟ ਹੋਗਾ ਟੈਰਰ ਟੈਰਰ ਕੌਸਟਰਸ ਸਹਿਮ ਦਹਿਲ ਜਿਹੜਾ ਮਤਲਬ ਹੁੰਦਾ ਹੈ ਹੇ ਬੱਚਿਓ ਦੇਖੋ ਮੈਂ ਨੌਲੇਜ ਨੇ ਜਾਣ ਜਾਣ ਕੇ ਲਿਖ ਰਿਹਾ ਤਾਂ ਕਿ ਤੁਹਾਡਾ ਪੰਜਾਬੀ ਦਾ ਜਿਹੜਾ ਭੰਡਾਰ ਹੋਵੇ ਵਧੇ ਤੁਹਾਨੂੰ ਪਤਾ ਲੱਗੇ ਕਿ ਜਿਹਦਾ ਲਿਸ਼ਾ ਸ਼ਬਦ ਆਇਆ ਤੇ ਲਕੀ ਮਤਲਬ ਹੈ ਤੇ ਤੁਸੀਂ ਇਹਨੂੰ ਵਰਤ ਸਕਦੇ ਹੋ ਆਪਣੀ ਜਿੱਲੇ ਤੁਹਾਡਾ ਜਿਹੜਾ ਪੰਜਾਬੀ ਦਾ ਵਿਸ਼ਾ ਹੈ ਤੁਹਾਡੇ ਉਹਦੇ ਕੰਮ ਵੀ ਆਏਗਾ ਹੇ ਬੱਚਿਓ ਇੱਕ ਪੰਥ ਦੋ ਕਾਜ ਅੰਗਰੇਜ਼ੀ ਰਾਹੀਂ ਪੰਜਾਬੀ ਦੀ ਮੁਹਾਰਤ ਪੱਕੀ ਕਰੋ ਤੇ ਪੰਜਾਬੀ ਰਾਹੀਂ ਅੰਗਰੇਜ਼ੀ ਦੀ ਮੁਹਾਰਤ ਪੱਕੀ ਕਰੋ ਪਰ ਸਭ ਤੋਂ ਵਧੀਆ ਤਰੀਕਾ ਆਪਣੀ ਮਾਂ ਬੋਲੀ ਨੂੰ ਬਹੁਤ ਤੁਸੀਂ ਉਹਦੇ ਉਹਦੇ ਮਾਹਰ ਬਣ ਜਾਓ ਮਾਂ ਬੋਲੀ ਦੇ ਸ਼ਬਦਾਂ ਦਾ ਭੰਡਾਰ ਬਹੁਤ ਵੱਡਾ ਕਰ ਲਓ ਜਿਹੜੀ ਤੁਹਾਡੀ ਪੰਜਾਬੀ ਦੀ ਕਿਤਾਬ ਹੈ ਨਾ ਵਿਆਕਰਣ ਦੀ ਉਹਨੂੰ ਚੰਗੀ ਤਰ੍ਹਾਂ ਕੋਟ ਲਓ ਜੇ ਤੁਸੀਂ ਪੰਜਾਬੀ ਵਿਆਕਰਣ ਚੰਗੀ ਤਰ੍ਹਾਂ ਸਮਝ ਜਾਓਗੇ ਤੇ ਫਿਰ ਅੰਗਰੇਜ਼ੀ ਦਾ ਵਿਆਕਰਣ ਵੀ ਤੁਹਾਨੂੰ ਸੌਖਾ ਹੋ ਜਾਏਗਾ ਤੁਸੀਂ ਗੱਲਾਂ ਬਾਤਾਂ ਦੇਖੋ ਜਿਹੀਆਂ ਹੁੰਦੀਆਂ ਨੇ ਜਿੰਨੇ ਸ਼ਬਦ ਤੁਸੀਂ ਪੰਜਾਬੀ ਦੇ ਸਿੱਖੋਗੇ ਉਹਨੇ ਉਹਦੇ ਪੈਰਲਲ ਉਦੇ ਸਮਾਂਤਰ ਤੁਨ ਅੰਗਰੇਜ਼ੀ ਦੇ ਸਿੱਖਣੇ ਸੌਖੇ ਹੋਣਗੇ ਸੋ ਪੰਜਾਬੀ ਦੇ ਅਖਾਣ ਪੰਜਾਬੀ ਦੇ ਅਗੇਤਰ ਵਾਲੇ ਸ਼ਬਦ ਪੰਜਾਬੀ ਦੇ ਪਿਛੇਤਰ ਵਾਲੇ ਸ਼ਬਦ ਪੰਜਾਬੀ ਦੇ ਵਿਰੋਧੀ ਅਰਥਾਂ ਵਾਲੇ ਸ਼ਬਦ ਸੋ ਪੰਜਾਬੀ ਦੇ ਮੁਹਾਵਰੇ ਇਹ ਇਹਦਾ ਭੰਡਾਰ ਬਹੁਤ ਵੱਡਾ ਕਰ ਲਓ ਠੀਕ ਹੈ ਫਿਰ ਅਗਲਾ ਆ ਗਿਆ ਚੈਟ ਬਾਕਸ ਇਹਨੂੰ ਚੈਟਰ ਬਾਕਸ ਨਹੀਂ ਬੋਲਣਾ ਚੈਟਰ ਬਾਕਸ ਨਹੀਂ ਬੋਲਣਾ ਚੈਟਰ ਬਾਕਸ ਜਿਹੜਾ ਰਰ ਹੈ ਉਹ ਸਾਇਲੈਂਟ ਹੈ ਚੈਟ ਬਾਕਸ ਚੈਟਰ ਬਾਕਸ ਚੈਟਰ ਬਾਕਸ ਗਲੜੀ ਜਿਹੜਾ ਬੰਦਾ ਬਹੁਤ ਗੱਲਾਂ ਮਾਰਦਾ ਹੋਵੇ ਉਹਨੂੰ ਕਹਿੰਦੇ ਚੈਰ ਟੈਂਡਰਲੀ ਟੈਂਡਰਲੀ ਇਹਨੂੰ ਟੈਂਡਰਲੀ ਨਹੀਂ ਬੋਲਣਾ ਟੈਂਡਰਲੀ ਨਹੀਂ ਬੋਲਣਾ ਟੈਂਡਰਲੀ ਆਰ ਬਿਲਕੁਲ ਥੋੜਾ ਜਿਹਾ ਹਲਕਾ ਜਿਹਾ ਸੌਫਟ ਟੈਂਡਰਲੀ ਟੈਂਡਰਲੀ ਅਰਥਾਤ ਵਿਦ ਟੈਂਡਰਨੈਸ ਪਿਆਰ ਨਾਲ ਠੀਕ ਹੈ ਸੋ ਪਿਆਰੇ ਵਿਦਿਆਰਥੀਓ ਐਸੀ ਛੋਟੀ ਜੀ ਐਕਟੀਵਿਟੀ ਜੇ ਦੇ ਵਿੱਚ ਇਹਨਾਂ ਸ਼ਬਦਾਂ ਦਾ ਉਚਾਰਨ ਸਿੱਖਣਾ ਸੀ ਤੇ ਮੈਂ ਕਿਹਾ ਚਲੋ ਉਚਾਰਨ ਤੇ ਸਿੱਖੀ ਰਹੇ ਆ ਨਾਲ ਅਰਥ ਵੀ ਸਿੱਖ ਲੈਣੇ ਆ ਸੋ ਇੱਕ ਪੰਥ ਦੋ ਕਾਜ ਠੀਕ ਹੈ ਸੋ ਐਸੋ ਹੀ ਸਾਰੇ ਸ਼ਬਦ ਨੋਟ ਕਰ ਲਓ ਬੋਲ ਮੈਂ ਤੁਹਾਨੂੰ ਬੋਲ ਕੇ ਦੱਸ ਦਿੱਤੇ ਨੇ ਤੁਸੀਂ ਇਹਦਾ ਅਭਿਆਸ ਕਰੋ ਤੇ ਨਾਲ ਇਹਨਾਂ ਦੇ ਅਰਥ ਜ਼ਰੂਰ ਹੈ ਬੱਚਿਓ ਆਪਣੀ ਨੋਟਬੁੱਕ ਵਿੱਚ ਤੁਸੀਂ ਸਾਰੇ ਨੋਟ ਡਾਊਨ ਕਰ ਲਓ ਇਹ ਸਾਰੀਆਂ ਗੱਲਾਂ ਤੁਹਾਡੇ ਅੱਗੇ ਅਗਲੀ ਕਲਾਸਾਂ ਵਿੱਚ ਕੰਮ ਆਉਂਦੀਆਂ ਰਹਿਣਗੀਆਂ ਸੋ ਇਸੇ ਤਰ੍ਹਾਂ ਡਟ ਕੇ ਮਿਹਨਤ ਦੇ ਨਾਲ ਅਨੁਸ਼ਾਸਨ ਨਾਲ ਲੱਗਨ ਨਾਲ ਆਪਣੀ ਪੜ੍ਹਾਈ ਕਰਦੇ ਰਹੋ ਤੇ ਅੱਗੇ ਵਧਦੇ ਰਹੋ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰਵ ਰੱਖਾ ਥੈਂਕ ਯੂ ਵੈਰੀ ਮਚ